सत श्री अकाल, तुसीं देख रहे हो द पंजाब टीवी। तो मैं हाँ जज सिंह चहल। मानसा जिले के विच नशे के खिलाफ लहर चलाउण वाले परमिंदर सिंह झोटा की गिरफ्तारी तो बाद एक पासे जिथे मान सरकार अते पंजाब पुलिस के खिलाफ लगातार लोगों के विच रोह वाधा दिखाई देता है, उधर दूजे पासे परमिंदर सिंह झोटा के खिलाफ पंजाब पुलिस होर भी सख्ती करती नज़र आउंदी है। हुण SPS परमार जो कि ADGP हैं, उन्होंने वालों भी परविंदर झोटा की गिरफ्तारी नूं लैके एक वड्डा बयान दे दिता गया है। अते उन्होंने बयान दे विचों ये साफ झलकता है कि पंजाब पुलिस झोटा नूं बख्शन दे मूड दे विच बिल्कुल नहीं है। SPS परमार का कहना है कि झोटा कौन हुंदा है कि किसी के गल दे विच जाके छित्रां दा हार पा देवे। सब तो पहला तुहानूं ADGP का बयान सुना दिंदे आ। ਇਹ ਜਿਹੜਾ ਵੀ ਬੰਦਾ ਹੈ ਪਰਮਿੰਦਰ ਝੋਟਾ, ਹੀ ਹੈਜ਼ ਨੋ ਅਥਾਰਟੀ। ਇਹ ਕੋਈ ਆਪਣੇ ਆਪ 'ਚ ਲਾਅ ਥੋੜ੍ਹਾ ਹੈ ਕਿਸੇ ਜਗ੍ਹਾ ਜਾ ਕੇ ਕਿਸੇ ਬੰਦੇ ਨੂੰ ਬਾਹਰ ਕੱਢ ਕੇ, ਕਿਸੇ ਦੇ ਫਾਦਰ ਨੂੰ, ਭੈਣ ਨੂੰ, ਭਰਾ ਨੂੰ ਅਤੇ ਬਾਹਰ ਕੱਢ ਕੇ ਮੂੰਹ ਕਾਲਾ ਕਰਕੇ ਔਰ ਜੁੱਤੀਆਂ ਦਾ ਹਾਰ ਪਾ ਕੇ ਬਾਜ਼ਾਰ ਵਿੱਚ ਉਹਨੂੰ ਘੁਮਾਉਣਾ ਸ਼ੁਰੂ ਕਰ ਦੇ। ਦਿਸ ਇਜ਼ ਨੋਟ ਲਾਅ ਐਂਡ ਆਰਡਰ। ਤੋ ਇਹਦੇ ਲਈ ਜਿਹੜੀ ਨਰਕੋਟਿਕਸ ਹੈ, ਇਹਨੂੰ ਫੜਨ ਲਈ ਸਾਡੇ ਕੋਲ ਪੰਜਾਬ ਸਟੇਟ ਦੇ ਵਿੱਚ STF ਹੈ, ਨਰਕੋਟਿਕ ਕੰਟਰੋਲ ਬਿਊਰੋ ਹੈ, ਪੰਜਾਬ ਪੁਲਿਸ ਹੈ। ਸਾਡੀਆਂ ਜਿਹੜੀਆਂ ਲਾਈਨਸ ਹੈ ਉਹ 24/7 ਓਪਨ ਨੇ। 112 ਨੰਬਰ 'ਤੇ ਕਾਲ ਕਰੋ, ਲੋਕਲ SHO ਨੂੰ ਕਾਲ ਕਰੋ, DSP ਨੂੰ ਕਾਲ ਕਰੋ, SSP ਨੂੰ ਕਾਲ ਕਰੋ, ਮੈਨੂੰ ਕਾਲ ਕਰੋ। ਵੀ ਆਰ ਸਿਟਿੰਗ ਫਾਰ ਦਿਸ ਬੰਗਾਲੀ। ਤੋ ਇਹ ਜਿਹੜਾ ਕਾਨੂੰਨ ਨੂੰ ਹੱਥ 'ਚ ਲੈਣਾ ਹੈ, ਦਿਸ ਇਜ਼ ਟੋਟਲੀ ਰੋਂਗ। ਔਰ ਜਿਸ ਤਰ੍ਹਾਂ ਉਸ ਬੰਦੇ ਨੇ, ਉਹ ਜਿਹੜਾ ਹੈਗਾ ਉਹ ਦੁਕਾਨਦਾਰ ਹੈ, ਉਹਨਾਂ ਬਦਤਮੀਜ਼ੀ ਕੀਤੀ ਆ ਕਿ ਜਿਹੜਾ ਉਹ ਦੁਕਾਨਦਾਰ, ਉਹਦੇ ਹਿਊਮਨ ਰਾਈਟਸ ਨਹੀਂ ਹੈ ਕਿ ਇਹ ਝੂਟਾ ਕਾਨੂੰਨ ਤੋਂ ਉੱਤੇ ਕਿ ਜਾ ਕੇ ਜਿਹਦੇ ਮਰਜ਼ੀ ਗੱਲ ਦੇ ਵਿੱਚ ਹੱਥ ਪਾ ਲਵੇ ਔਰ ਜਿਹਨੂੰ ਮਰਜ਼ੀ ਕੱਢ ਕੇ ਬੇਇੱਜ਼ਤੀ ਕਰ ਦੇਵੇ। ਔਰ ਇਹਨੂੰ ਹਥਿਆਰ ਕਿਹਨੇ ਦਿੱਤਾ ਹੈਗਾ? ਅਸੀਂ ਇਸ ਤਰ੍ਹਾਂ ਦਾ ਲਾਅ ਐਂਡ ਆਰਡਰ ਥੋੜ੍ਹੇ ਚਾਹੁੰਦੇ ਹਾਂ ਪੰਜਾਬ ਦੇ ਵਿੱਚ। ਹੁਣ ਜਦੋਂ ADGP ਪਰਮਾਰ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਹੈ ਤਾਂ ਜਵਾਬ ਝੋਟੇ ਦੇ ਸਮਰਥਕਾਂ ਦੇ ਵੱਲੋਂ ਵੀ ਦਿੱਤੇ ਜਾਣ ਲੱਗ ਪਏ ਨੇ। 21 ਤਰੀਕ ਨੂੰ ਮਾਨਸਾ ਦੇ ਵਿੱਚ ਵੱਡਾ ਇਕੱਠ ਝੋਟਾ ਦੇ ਸਮਰਥਕਾਂ ਦੇ ਵੱਲੋਂ ਸੱਦਿਆ ਗਿਆ ਹੈ ਉਸ ਦੀ ਰਿਹਾਈ ਦੇ ਲਈ। ਇਸ ਦੇ ਲਈ ਪਿੰਡ ਪਿੰਡ ਜਾ ਕੇ ਲਾਮਬੰਦੀ ਕਰਨ ਦਾ ਕੰਮ ਲੱਖਾ ਸਿੰਘ ਸਿਧਾਣਾ ਦੇ ਵੱਲੋਂ ਵੀ ਕੀਤਾ ਜਾ ਰਿਹਾ ਹੈ। ਇੱਕ ਪਿੰਡ ਦੇ ਵਿੱਚ ਬੋਲਦਿਆਂ ਲੱਖਾ ਸਿੰਘ ਸਿਧਾਣਾ ਨੇ ADGP ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ, ਉਹ ਵੀ ਸੁਣ ਲਓ। ਅੱਜ ਮੈਂ ਸੁਣ ਰਿਹਾ ਸੀਗਾ ADGP ਪਰਮਾਰ, ਉਹ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਆ ਕਿ ਦੇਖੋ ਜੀ ਕਿਸੇ ਕੋਲੇ ਕਿਹੜਾ ਹੱਕ ਹੈ ਕਿ ਤੁਸੀਂ ਕਿਸੇ ਦੇ ਛਤਰਾਂ ਦਾ ਹਾਰ ਪਾ ਕੇ ਗੱਲ ਚ ਬਦਨਾਮੀ ਕਰੋ ਕਿਸੇ ਦੀ। ਕਾਨੂੰਨ ਕੋਈ ਬੰਦਾ ਹੱਥ ਨਹੀਂ ਲੈ ਸਕਦਾ ਹੈ। ਕਹਿੰਦੇ ਜਿਹੜੀ ਜਨਾਨੀ ਇਹ ਮੰਨਦੀ ਆ ਮੈਂ ਚਿੱਟਾ ਵੇਚਦੀ ਆ, ਚਿੱਟਾ ਪੀਨੀ ਵੀ ਹੈ, ਉਦੋਂ ਕਾਨੂੰਨ ਕਿੱਥੇ ਹੁੰਦਾ ਬਈ? ਇਹ ਸਰਕਾਰ ਦੇ ਕਾਨੂੰਨ ਆ ਜਿਹੜੇ ADGP ਪਰਮਾਰ ਸਮਝਾ ਰਿਹਾ ਲੋਕਾਂ ਨੂੰ ਕਿ ਦੇਖੋ ਜੀ ਕਾਨੂੰਨ ਨਹੀਂ ਕੋਈ ਹੱਥ ਲੈ ਸਕਦਾ। ਇੱਥੇ ਕਾਨੂੰਨ ਮਾੜਿਆਂ ਲਈ ਹੈ, ਇੱਥੇ ਕਾਨੂੰਨ ਗਰੀਬਾਂ ਲਈ ਹੈ, ਇੱਥੇ ਮਜ਼ਲੂਮਾਂ ਲਈ ਹੈ। ਧੱਕੇਸ਼ਾਹੀ ਕਰਨੀ ਉਹਦੇ ਕਾਨੂੰਨ ਹੈ, ਤਕੜਿਆਂ ਲਈ ਕੋਈ ਕਾਨੂੰਨ ਨਹੀਂ। ਜਿਹੜਾ ਇਨਸਾਨ, ਜਿਹੜਾ ਨੌਜਵਾਨ ਆਪਣੀ ਜਵਾਨੀ ਨੂੰ ਬਚਾਉਣ ਦੀ ਗੱਲ ਕਰੂ, ਆਪਣੀ ਹੋਂਦ ਨੂੰ ਬਚਾਉਣ ਦੀ ਗੱਲ ਕਰੂ, ਉਹ ਫਿਰ NSA ਲਾ ਕੇ ਉਹ ਡਿਬਰੂਗੜ੍ਹ ਸੁੱਟਿਆ ਜਾਊਗਾ। ਇਸ ਤਰੀਕੇ ਨਾਲ ਲੱਖਾ ਸਿਧਾਣਾ ਦੇ ਵੱਲੋਂ ਵੀ ਲਗਾਤਾਰ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ 21 ਤਰੀਕ ਦੇ ਇਕੱਠ ਦੇ ਲਈ ਲਾਮਬੰਦੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਹ ਲੋਕਾਂ ਨੂੰ ਕਹਿ ਰਹੇ ਨੇ ਕਿ ਜੇਕਰ ਝੋਟੇ ਦੇ ਪਿੱਛੇ ਆਪਾਂ ਇਕੱਠੇ ਨਾ ਹੋਏ ਤਾਂ ਪੁਲਿਸ ਦੇ ਵੱਲੋਂ, ਸਰਕਾਰ ਦੇ ਵੱਲੋਂ ਲਗਾਤਾਰ ਇੰਜ ਹੀ ਕੀਤਾ ਜਾਵੇਗਾ। ਪਹਿਲਾਂ ਅੰਮ੍ਰਿਤਪਾਲ ਨੂੰ ਅਸਾਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਆਪਾਂ ਚੁੱਪ ਰਹੇ, ਅਤੇ ਹੁਣ ਝੋਟਾ ਨਸ਼ੇ ਦੇ ਖਿਲਾਫ਼ ਬੋਲਿਆ ਹੈ ਤਾਂ ਸਰਕਾਰ ਇਸ ਦੇ ਪਿੱਛੇ ਪੈ ਗਈ ਹੈ। ਗੱਲ ਜੇਕਰ ਕਿਸਾਨ ਜਥੇਬੰਦੀਆਂ ਦੀ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਝੋਟੇ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਤਾਂ ਇੱਕ ਰੋਸ ਮਾਰਚ ਹੀ ਕੱਢ ਦਿੱਤਾ ਗਿਆ, ਅਤੇ ਮਾਨਸਾ ਦੇ SSP ਨਾਨਕ ਸਿੰਘ ਨੂੰ ਮੰਗ ਪੱਤਰ ਦਿੱਤਾ BKU ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ। ਮੰਗ ਪੱਤਰ ਦੇਣ ਤੋਂ ਬਾਅਦ ਆਖਿਰ ਮੰਗ ਕਿਹੜੀ ਰੱਖੀ ਹੈ ਡੱਲੇਵਾਲ ਨੇ SSP ਦੇ ਅੱਗੇ, ਵੇਖ ਲਓ। ਤੇ ਆਪਣੇ ਕੋਲ ਇੱਕ ਵਧੀਆ ਤਰੀਕਾ, ਆਪਾਂ ਨੂੰ ਸਾਡੀ ਮਾਨਯੋਗ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਭਾਈ ਤੂੰ ਆ ਇੱਥੇ, ਤੈਨੂੰ ਨੋਟਿਸ ਦਿੰਦੇ ਆ ਤੇ ਤੂੰ ਇੱਥੇ ਆ ਕੇ ਆਪਦੀ ਇਨਵੈਸਟੀਗੇਸ਼ਨ ਜੁਆਇਨ ਕਰ। ਅਗਰ ਉਹ ਨਾ ਇਨਵੈਸਟੀਗੇਸ਼ਨ ਜੁਆਇਨ ਕਰਦਾ ਫਿਰ ਤੁਹਾਡੇ ਕੋਲ ਆਮ ਚਾਮ ਬਥੇਰਾ, ਜੇ ਬੰਦਾ ਫਾਰਮਾਸੀ ਨੂੰ ਖੜਿਆ ਜਾ ਸਕਦਾ ਸੀ, ਆਹ ਪ੍ਰੋਸੈਸ ਫਿਰ ਵੀ ਅਡਾਪਟ ਕੀਤਾ ਜਾ ਸਕਦਾ ਸੀ। ਇਹ ਸਾਰਾ ਮੈਨੂੰ ਲੱਗਦਾ ਮਤਲਬ ਪੁਲਿਸ ਨੇ ਹੱਦੋਂ ਵੱਧ ਮਤਲਬ ਉੱਥੇ ਧੱਕਾ ਪਾਇਆ, ਉਹ ਨਹੀਂ ਸੀ ਕਰਨਾ ਚਾਹੀਦਾ। ਔਰ ਸਾਡੀ ਮੰਗ ਹੈ ਕਿ ਜੇ ਉਹ ਉਹਨੇ ਕਿਤੇ ਗਲਤੀ ਕਰੀ ਹੈ ਤੇ ਆਪਣੇ ਮੁਲਾਜ਼ਮਾਂ ਤੋਂ ਵੀ ਕਿਤੇ ਨਾ ਕਿਤੇ ਮਿਸਟੇਕਸ ਹੋਈਆਂ, ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਦੇ ਹੋਏ ਆ ਸਾਡੀ ਮੰਗ ਹੈ ਪੁਰਜ਼ੋਰ ਕਿ ਉਹ ਮੁੰਡੇ ਨੂੰ ਮਤਲਬ ਆਪਾਂ ਰਿਹਾ ਕਰੀਏ। ਉਹਨੂੰ ਤੁਸੀਂ ਰਿਹਾ ਕਰਦੇ ਹੋ ਤਾਂ ਮੈਨੂੰ ਲੱਗਦਾ ਗੱਲ ਛੇਤੀ ਨਿਬੜ ਜਾਣੀ ਹੈ, ਨਹੀਂ ਤਾਂ ਫਿਰ ਮਤਲਬ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਇਹਦਾ ਰੋਸ ਆ, ਹਰ ਇੱਕ ਦੇ ਅੰਦਰ ਇਹ ਰੋਸ ਹੈ, ਗੁੱਸਾ ਹੈ।
कि जी देखो मतलब नशे के खिलाफ साढ़े नौजवान मर रहे ने, आए दिन मर रहे ने, तो जे आई मरते रहेंगे तो फिर यह मुहिम जी होर बड़ी तेज होगी और जिन्नी तेज होगी उन्ना ही फिर अपने लिए मतलब कितने ना कितने इस तरीके नाल हुण इह सारी जंग दे विच किसान जथेबंदियां वी कुददियां दिखाई दिंदियां ने। गल जेकर सियासत दी कीती जावे तां सियासी आगूआं दे विचों सब तों पहलां हरसिमरत कौर बादल दे वल्लों झोटे दा पक्ष पूरिया गया सी। उस तों बाद विरसा सिंह वलटोहा ने भी पक्ष पूर दित्ता सी। तख्त श्री दमदमा साहिब दे जथेदार ज्ञानी हरप्रीत सिंह दे वल्लों भी इस गिरफ्तारी की निखेधी की गई सी। उन्हां ने आख्या सी कि जेकर अजिहा काम करोगे नशे के खिलाफ लड़न वालों फड़ोगे तो इंज जापेगा कि जिवें तुसी नशे के व्यापारियों की हमायत कर रहे हो। उस तो बाद श्रोमणी गुरुद्वारा प्रबंधक कमेटी के वलों भी परविंदर झोटा की गिरफ्तारी की निखेधी कर दी गई सी। सुखपाल सिंह खैरा ने भी पुलिस के वतीरे से सवाल चुके सन। हुण भगवंत मान की एक पुरानी वीडियो सोशल मीडिया से बड़ी तेजी दे नाल वायरल होंदी दिखाई दिंदी है। मुख्यमंत्री बनन तो पहला एक किकली सुनाई जाती सी भगवंत मान के वलों, जिस दे विच सीधा सीधा दावा करते सन कि पंजाब दे विच चिट्टा विकदा है क्योंकि सरकार नाल रली हुई है। हुण जदों नशे का मुद्दा पंजाब दे विच भग गया है तो भगवंत मान की वह पुरानी वीडियो भी वायरल होण लग पई है। केड़ी वह वीडियो है तुहानू दिखा दिंने आ। चिट्टा मेरे भाई दा बॉर्डर तो मंगाई दा खुला वरताई दा नहीं घबराई दा मंगे कोई नौकरी डांगा ना कटाई दा चिट्टा गली गली है सरकार नाल गली है चिट्टा मेरे भाई दा बॉर्डर तो मंगाई दा खुला वरताई दा नहीं घबराई दा मंगे कोई नौकरी डांगा ना कटाई दा चिट्टा गली गली है सरकार नाल गली है। मुख्यमंत्री बनन तो पहला ये गल्लां भगवंत मान दे वल्लों कीतियां जांदियां सन, पर उन्हां दी सरकार दे विच चिट्टे दा चलन होर भी तेज हुंदा दिखाई दिंदा है अते गली गली तक चिट्टा पहुंच गया है। आम आदमी पार्टी दे समर्थक भी हुण ये गल्लां आखण लग पए ने, पर किकली हुण विरोधियां दे वल्लों पाई जाण लग पई है। पंजाब कांग्रेस दे अधिकारित फेसबुक पेज ते उन्हां ने एक नवीं किकली पा दित्ती है। एक किकली तां भगवंत मान दे वल्लों पाई हुण पंजाब कांग्रेस ने नवी किकली पा दिती है। लिखिया बदला दी किकली किकली कलीर दी कमेडी मेरे वीर दी चिट्टा आप ही वकाईदा जेड़ा रोके उन्हूं पुलिस तो चकवाईदा। पंजाब कांग्रेस तो पहला पंजाब यूथ कांग्रेस के वलों भी एक किकली पाई गई सी, जिस दे विच यही कुछ यूथ कांग्रेस के वलों भी लिखा गया सी। उन्होंने लिखा सी किकली कलीर दी पीली पग मेरे वीर दी चिट्टा हुण असी विकाईदा जेड़ा रोके उन्हूं पुलिस तो चकवाईदा। अते एक किकली भी हुण सोशल मीडिया से बड़ी तेजी दे नाल वायरल हुंदी दिखाई दिंदी है। पर जिवें पहले मुख्यमंत्री कैप्टन अमरिंदर सिंह अते प्रकाश सिंह बादल दावा करदे सन कि असी नशा रोक रहे हैं, उही दावे हुण मुख्यमंत्री भगवंत मान दे वल्लों भी कीते जाण लग पए ने। बीते दिन देश दे गृह मंत्री अमित शाह दे वल्लों वीडियो कॉन्फ्रेंसिंग दे जरिए अमृतसर दे विच नारकोटिक्स कंट्रोल ब्यूरो NCB दा एक खेतरी दफ्तर खोलिया गया। इस दे विच की कुछ कीता है सरकार ने इस बारे जानकारी दित्ती भगवंत मान ने देश दे गृह मंत्री अमित शाह नूं। उस दे विच भगवंत मान ने आख्या कि असी हुण तक 1000 किलो हैरोइन फड़ चुके हाँ, 22,000 गिरफ्तारियां साड़ी पुलिस दे वल्लों नशे दे मामले दे विच कीतियां गईयां ने। इस तों इलावा पंचायतां दी मदद दे नाल नशा मुक्त पिंड बनाउण दी वी असी मुहिम चला रहे हां। मुख्यमंत्री भगवंत मान दे वल्लों इह आंकड़े गृह मंत्री अमित शाह नूं दस्से गए, पर जमीनी पद्धर ते नशे दे की हालात ने ओह हर एक पंजाबी जाणदा है। अते परविंदर झोटे दा मुद्दा हुण मान सरकार दे लई गले दी हड्डी वी बन सकदा है क्योंकि समर्थन लगातार वधदा ही जांदा है। इत्थे असी राय तुहाडी भी जान लेना चाहुंदे आ कि परविंदर झोटे दे समर्थकां दे वल्लों जो ये दावा कीता जा रहा है कि सरकार ने गिरफ्तारी करके गलत कीता है, सरकार नूं सगों नशा तस्कर फड़ने चाहिए सन, रोकण वाले नूं नहीं फड़ना चाहिए सी, झोटा समर्थकां दी इस दलील दे विच तुहानूं किन्ना क दम लगता है? जो भी तुसी कहना चाहते हो कमेंट करके तुसी भी अपनी राय जरूर दिओ। जेकर इसे तरह ही हर खबर नूं निरपक्षता नाल वेखदे रहना चाहते हो तो YouTube ते पंजाब TV दे चैनल नूं सबसक्राइब कर लो, Facebook ते पेज लाइक कर लो। मैं जज सिंह चाहल अगली बार फिर हाजिर होवांगा। तुसी देखदे रहो पंजाब TV, हर खबर का सच।